ਸਤਿ ਸ਼੍ਰੀ ਅਕਾਲ ਦੋਸਤੋ, ਸੱਜ ਕੇ ਸ੍ਰੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਾਜਨ ਗੁਲਾਨੀ, ਇਸ ਵੇਲੇ ਦੀ ਅਪਡੇਟ ਲੈ ਕੇ ਹਾਜ਼ਰ ਹਾਂ। ਫਾਜ਼ਿਲਕਾ ਦੇ ਬਾਲਾ ਜੀ ਧਾਮ ਦੇ ਵਿੱਚ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਦੇ ਵੱਲੋਂ। ਇਹ ਕੈਂਪ ਹਨੂੰਮਾਨ ਜੀ ਮਹਾਰਾਜ ਦੀ ਜਯੰਤੀ ਜਿਹੜੀ ਆ ਰਹੀ ਹੈ ਉਹਨੂੰ ਮੁੱਖ ਰੱਖਦੇ ਹੋਏ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਬਲੱਡ ਬੈਂਕ ਦੀ ਸਾਰੀ ਟੀਮ ਇੱਥੇ ਮੌਜੂਦ ਹੈ। ਮਹਿਲਾਵਾਂ ਦੇ ਵਿੱਚ ਵੀ ਜਿਹੜਾ ਕੀ ਹੈ ਖਾਸ ਉਤਸ਼ਾਹ ਖੂਨਦਾਨ ਕਰਨ ਨੂੰ ਲੈ ਕੇ ਦੇਖਿਆ ਗਿਆ। ਵੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕੀ ਹੈ ਮਹਿਲਾਵਾਂ ਰਜਿਸਟਰੇਸ਼ਨ ਕਰਵਾ ਰਹੀਆਂ ਨੇ ਖੂਨਦਾਨ ਕਰਨ ਦੇ ਲਈ, ਅਤੇ ਇਹਨਾਂ ਦੇ ਵੱਲੋਂ ਖੂਨਦਾਨ ਵੀ ਕੀਤਾ ਜਾਏਗਾ। ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਕਿਸ ਤਰ੍ਹਾਂ ਜਿਹੜਾ ਕਿ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਦੇ ਵੱਲੋਂ ਪ੍ਰਬੰਧ ਕੀਤੇ ਗਏ ਨੇ, ਅਤੇ ਫਿਰ ਗੱਲਬਾਤ ਵੀ ਕਰਵਾਵਾਂਗੇ ਇੰਚਾਰਜ ਰਾਜੀਵ ਕੁਕੜੇਜਾ ਜੀ ਦੇ ਨਾਲ। ਕੀ ਕਹਿਣਾ ਉਹਨਾਂ ਦਾ, ਹੁਣ ਤੱਕ ਕਿੰਨੇ ਕੁ ਜਿਹੜੇ ਕਿ ਰਜਿਸਟਰੇਸ਼ਨ ਹੋ ਚੁੱਕੀ ਹੈ ਜਾਂ ਕਿਸ ਤਰ੍ਹਾਂ ਦੇ ਅੱਗੇ ਆਉਣ ਦੇ ਪ੍ਰੋਗਰਾਮ ਉਲੀਕੇ ਜਾਂਦੇ ਨੇ? ਜਨਮ ਦਿਹਾੜੇ ਨੂੰ ਸਮਰਪਿਤ ਹੈ ਜੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਕੈਂਪ ਲਗਾਇਆ ਗਿਆ ਹੈ, ਔਰ ਮੇਰੀ ਫਾਜ਼ਿਲਕਾ ਵਾਸੀਆਂ ਨੂੰ ਨਿਵੇਦਨ ਹੈ ਕਿ ਇਹ ਸਾਲ ਦੇ ਵਿੱਚ ਮਹਾਂ ਉਤਸਵ ਜੋ ਸਾਡੇ ਬਾਲਾ ਜੀ ਮਹਾਰਾਜ ਸਾਡੇ ਵਰਲਡ ਦੇ ਚੀਫ ਨੇ, ਤਾਂ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਉਹਨਾਂ ਦੀ ਜਨਮ ਦਿਨ 'ਤੇ ਇਹ ਸਮਰਪਿਤ ਹੈ ਕੈਂਪ। ਹੁਣ ਤੁਸੀਂ ਕਹੋਗੇ ਜਨਮ ਦਿਨ ਉਹਨਾਂ ਦਾ ਮੰਗਲਵਾਰ ਹੈ, ਪਰ ਅਸੀਂ ਐਤਵਾਰ ਕੈਂਪ ਲਗਾ ਕੇ, ਕਿਉਂਕਿ ਅਸੀਂ ਅੱਜ ਤੋਂ ਇਹ ਦਿਨ ਸ਼ੁਰੂਆਤ ਕਰ ਚੁੱਕੇ ਹਾਂ। ਕੱਲ੍ਹ 14 ਹੈ ਉਹਨਾਂ ਦੀ ਅਖੰਡ ਪਰਿਕਰਮਾ ਚੱਲੇਗੀ ਸਾਰੇ ਮੰਦਰਾਂ ਦੇ ਵਿੱਚ, ਔਰ 15 ਤਰੀਕ ਨੂੰ 23 ਤਰੀਕ ਨੂੰ ਆਪਾਂ ਪਰਸੋਂ ਪੂਰੇ ਦਿਨ ਨੂੰ ਉਤਸਵ ਦੀ ਤਰ੍ਹਾਂ ਮਨਾਵਾਂਗੇ, ਉਹਨਾਂ ਦਾ ਗੁਣਗਾਨ ਕਰਾਂਗੇ ਇਸ ਬਾਲਾਜੀ ਮਹਾਰਾਜ ਦੇ ਜਨਮ ਦਿਨ 'ਤੇ। ਬਾਲਾਜੀ ਦੇ ਜਨਮ ਦਿਵਸ 'ਤੇ ਬਾਲਾਜੀ ਧਾਮ ਦੇ ਵਿੱਚ ਛੱਪਣ ਭੋਗ ਵੀ ਲਗਾਇਆ ਜਾਏਗਾ। ਤਾਂ ਮੈਂ ਅੱਜ ਤੁਹਾਨੂੰ ਜੋ ਵੀ ਮੇਰੇ ਦਰਸ਼ਕ ਇਸ ਵੀਡੀਓ ਨੂੰ ਵਾਚ ਕਰ ਰਹੇ ਆ, ਉਹ ਅੱਜ ਪਹੁੰਚ ਕੇ ਆਪਣਾ ਖੂਨਦਾਨ ਜ਼ਰੂਰ ਕਰਨ। ਕਿਸੇ ਦਾ ਜੀਵਨ ਬਚਾਂਗਾ, ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਤੁਸੀਂ ਉਸ ਵੀਡੀਓ ਨੂੰ ਦੇਖੋ, ਦਿਖਾਓ ਜੋ ਡੋਨਰਸ ਡੋਨੇਟ ਕਰਨ ਆਏ ਨੇ। ਇਹ ਡੋਨਰਸ ਉਹ ਡੋਨਰਸ ਨੇ ਜੋ ਆਪਣੇ ਲਈ ਨਹੀਂ ਕਿਸੇ ਲਈ ਡੋਨੇਟ ਕਰਨ ਆਏ ਨੇ। ਇਹਨਾਂ ਨੂੰ ਨਹੀਂ ਪਤਾ ਕਿ ਇਹਨਾਂ ਦਾ ਬਲੱਡ ਕਿਹਨਾਂ ਦੇ ਹੱਥਾਂ 'ਚ ਜਾਣਾ, ਪਰ ਇੱਕ ਵਿਸ਼ਵਾਸ ਦੇ ਤੌਰ 'ਤੇ ਇੱਕ ਪਵਿੱਤਰ ਚੀਜ਼ ਸਮਝ ਕੇ ਆਪਣਾ ਖੂਨਦਾਨ ਕਰ ਰਹੇ ਨੇ, ਔਰ ਇਹਨਾਂ ਨੂੰ ਇਹ ਆਸ ਹੈ ਕਿ ਸਾਡਾ ਖੂਨ ਸਹੀ ਹੱਥਾਂ 'ਚ ਜਾਏਗਾ ਔਰ ਕਿਸੇ ਦੀ ਜੀਵਨ ਬਚਾਏਗਾ। ਆਹ ਤੁਹਾਡੇ ਸਾਹਮਣੇ ਇੱਕ ਲੇਡੀ ਦੇਖੋਗੇ 11 ਪਰਸਨ ਇੱਕੋ ਟਾਈਮ ਦੇ ਵਿੱਚ ਪਰਸਨ ਡੋਨੇਟ ਕਰ ਰਹੇ ਆ, ਇਹ ਇੰਨੀ ਖੁਸ਼ੀ ਨਾਲ ਡੋਨੇਟ ਕਰ ਰਹੇ ਆ। ਕੁਛ ਲੋਕ ਕਹਿੰਦੇ ਕਿ ਅਸੀਂ ਡੋਨੇਟ ਕਿਉਂ ਕਰੀਏ ਜੀ, ਪਰ ਜੇ ਇਹ ਲੋਕ ਵੀ ਇਹ ਸੋਚਣ ਲੱਗ ਜਾਣ ਤਾਂ ਜਿਨ੍ਹਾਂ ਨੂੰ ਬਲੱਡ ਦੀ ਜ਼ਰੂਰਤ ਹੈ ਉਹ ਬਲੱਡ ਪੂਰਾ ਕਿਵੇਂ ਹੋਏਗਾ? ਤਾਂ ਮੈਂ ਫਿਰ ਤੋਂ ਹੱਥ ਜੋੜ ਕੇ ਗੁਜ਼ਾਰਿਸ਼, ਅੱਜ ਇਹ ਟਾਈਮ 12:30 ਵਜੇ ਤੱਕ ਜੋ ਕੈਂਪ ਚੱਲੇਗਾ, 1 ਵਜੇ ਤੱਕ ਹੋ ਸਕਦਾ, ਲੇਕਿਨ 12:30 ਟਾਈਮ ਨਿਸ਼ਚਿਤ ਕੀਤਾ ਗਿਆ, 15 ਮਿੰਟ ਲੇਟ ਹੋ ਸਕਦੇ ਆ। ਤਾਂ ਮੈਂ ਸਭ ਨੂੰ ਗੁਜ਼ਾਰਿਸ਼ ਕਰਦਾ ਕਿ ਅੱਜ ਇੱਥੇ ਪਹੁੰਚ ਕੇ ਖੂਨਦਾਨ ਜ਼ਰੂਰ ਕਰਨ, ਸਾਰੇ ਬਲੱਡ ਦੇ ਗਰੁੱਪ ਲੈ ਜਾਣਗੇ ਔਰ ਇੱਥੇ ਪਹੁੰਚ ਕੇ ਖੂਨਦਾਨ ਕਰੋ। ਇਸ ਵੀਡੀਓ ਨੂੰ ਸ਼ੇਅਰ ਵੀ ਕਰਨਾ, ਤਾਂ ਕਿ ਜੋ ਤੁਹਾਡੀ ਵੀਡੀਓ ਸ਼ੇਅਰ ਕਰਕੇ ਸ਼ਾਇਦ ਤੁਹਾਡੇ ਸ਼ੇਅਰ ਕਰਨ ਦੇ ਨਾਲ ਕੋਈ 1% ਬਲੱਡ ਰੈਡੀ ਹੋ ਜਾਏ ਔਰ ਇੱਕ ਜੀਵਨ ਬਚ ਜਾਏਗਾ। ਸਿੱਖ ਸਾਹਿਬ ਜੈ ਸ਼੍ਰੀ ਰਾਮ, ਜੈ ਸ਼੍ਰੀ ਮਾਤਾ।